ਇਸ ਤਰ੍ਹਾਂ ਹਜ਼ੂਰ ਰਾਜਾ ਨਾਭ ਕਵਲ ਜੀ ਨੇ ਐਸੀ ਕਲਾ ਵਰਤਾਈ, ਗੋਲੀ ਚਲਾਉਣ ਵਾਲੇ ਸਿਪਾਹੀ ਦਾ ਹੱਥ ਬੰਦੂਕ ਦੇ ਘੋੜੇ ਤੇ ਹੀ ਸੁੰਨ ਹੋ ਗਿਆ। ਅਫਸਰ ਦੇ ਮਨ ਤੇ ਐਸਾ ਪਰਦਾ ਪਿਆ, ਉਹ ਸਰਦਾਰਾ ਸਿੰਘ ਤੇ ਸਾਥੀਆਂ ਨੂੰ ਮਾਰਨ ਦਾ ਹੁਕਮ ਦੁਬਾਰਾ ਨਾ ਦੇ ਸਕਿਆ। ਕਹਿਣ ਲੱਗਾ, ਤੁਹਾਨੂੰ ਮਾਰਦੇ ਨਹੀਂ, ਦੱਸੋ ਕੀ ਕਰਨਾ ਚਾਹੁੰਦੇ ਹੋ। ਸਰਦਾਰਾ ਸਿੰਘ ਦਾ ਇੱਕ ਸਾਥੀ ਕਹਿੰਦਾ, ਮੈਨੂੰ ਵਾਪਸ ਦੇਸ਼ ਭੇਜ ਦਿੱਤਾ ਜਾਵੇ। ਉਸ ਨੂੰ ਵਾਪਸ ਦੇਸ਼ ਭੇਜ ਦਿੱਤਾ ਗਿਆ। ਸਰਦਾਰਾ ਸਿੰਘ ਤੇ ਦੂਸਰੇ ਸਾਥੀ ਨੇ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਤੇ ਸਰਦਾਰਾ ਸਿੰਘ ਨੂੰ ਕਾਰ ਦੀ ਡਰਾਈਵਰੀ ਦਾ ਕੰਮ ਤੇ ਨਾਲ ਦੇ ਸਾਥੀ ਨੂੰ ਪਹਿਰੇ ਦੀ ਡਿਊਟੀ ਮਿਲ ਗਈ। ਸਰਦਾਰਾ ਸਿੰਘ ਉਸ ਤੋਂ ਬਾਅਦ 5 ਸਾਲ ਰਹਿ ਕੇ ਵਾਪਸ ਦੇਸ਼ ਪਰਤਿਆ ਤੇ ਸਹਿਬਾ ਦਾ ਸ਼ੁਕਰਾਨਾ ਕਰਨ ਮਜਾਰੇ ਗਿਆ। ਇਸ ਤਰ੍ਹਾਂ ਅਨੇਕਾਂ ਸੇਵਕਾਂ ਦਾ ਉਧਾਰ ਰਾਜਾ ਜੀ ਨੇ ਕੀਤਾ। ਅਰਦਾਸ ਕਰਨ ਵਾਲੇ ਦਾ ਨਿਸ਼ਚਾ ਪੱਕਾ ਹੋਵੇ, ਰਾਜਾ ਸਾਹਿਬ ਜੀ ਦਾ ਤਾਂ ਨਾਮ ਲਿਆ ਹੀ ਦੁੱਖ ਦਲਿੱਦਰ ਦੂਰ ਹੋ ਜਾਂਦੇ ਨੇ ਤੇ ਜ਼ਿੰਦਗੀ ਸੁੱਖਾਂ ਨਾਲ ਭਰਪੂਰ ਹੋ ਜਾਂਦੀ ਏ। ਨਜ਼ਰ ਮੈਂ